स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड मुदकी फिरोजपुर इहनू जिला पैंदा है फरीदकोट तो अमृतसर वाले रोड दे उत्ते दोस्तों ये पिंड है जिहड़े घर चो वीडियो बना रहे हैं दोस्तों बाई दा पशु पालन का काम ते अज इन्होंने एक मझ वकाऊ कीती है चंगे दुध वाली मझ सोहणे थान हवाने की मझ तुहानू दिखाऊंगा ਇਹਦੇ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਸਾਰੀ ਲੈ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਹਨੂੰ ਪਸੰਦ ਆ ਜੂਗੀ ਮੱਝ ਦੋਸਤੋ ਆਪਦੀ ਤਸੱਲੀ ਨਾਲ ਖਰੀਦੋ ਨੰਬਰ ਮੈਂ ਸਕਰੀਨ ਤੇ ਚਲਾਉਂਗਾ ਇਹ ਬੱਚਾ ਦੋਸਤੋ ਇਸ ਮੱਝ ਦੇ ਨਾਲ ਹੈ ਆਓ ਇਹਦੇ ਬਾਰੇ ਇਨਫੋਰਮੇਸ਼ਨ ਬਾਈ ਤੋਂ ਲਈਏ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੀ ਜਗਿੰਦਰ ਸਿੰਘ ਜੀ ਜਗਿੰਦਰ ਬਾਈ ਕਰਦੀ ਮੱਝ ਐ ਜਿਹੜੀ ਵਿੱਚ ਬਿਲਕੁਲ ਕਰਦੀ ਆ ਆਪਣੀ ਸਾਰੀ ਕਰਦੀ ਆ ਠੀਕ ਹੈ ਕਿੰਨਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਸੂਈ ਆ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਜ ਸੂਈ ਨੂੰ ਹੋ ਗਿਆ ਅੱਜ 5 ਕਿ ਦਿਨ ਹੋਏ ਆ ਜੀ 5 ਕਿ ਦਿਨ ਹੋਏ ਆ ਸੂਈ ਨੂੰ ਹਾਂਜੀ ਠੀਕ ਹੈ ਅੱਛਾ ਦੂਜੇ ਸੂਏ ਚ ਦੁੱਧ ਕਿੰਨਾ ਕਿ ਦਿੰਦੀ ਰਹੀ ਆ ਇਹ 16 ਲੀਟਰ ਦੁੱਧ ਦਿੰਦੀ ਰਹੀ ਆ ਦੂਜੇ ਸੂਏ ਹਾਂਜੀ ਹੁਣ 5 ਦਿਨਾਂ ਦੀ ਸੂਈ ਥੱਲੇ ਕਿੰਨਾ ਹੋਊਗਾ ਹੁਣ 10 ਕਿਲੋ ਹੈਗਾ ਜੀ ਮਤਲਬ ਸੇਵਾ ਨਹੀਂ ਹੋਈ ਪਸ਼ੂ ਦੀ ਪੂਰੀ ਠੀਕ ਹੈ ਜੀ 10 ਕਿਲੋ ਹੁਣ ਵੈਸੇ ਤਿਆਰ ਆ ਹਾਂਜੀ ਬੱਚਾ ਕੀ ਦੇਗੀ ਬਈ ਇਹ ਕੱਟਾ ਦਿੱਤਾ ਜੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਆਪਾਂ 1.10 ਲੈਣਾ ਜੀ ਇਹਦਾ 1,10,000 ਹਾਂਜੀ ਠੀਕ ਹੈ ਦੋਸਤੋ ਤੀਜਾ ਸੂਆ ਬਾਈ ਦੱਸਦਾ ਵੀ ਇਹ ਸੂਈ ਹੈ 1,10,000 ਡਿਮਾਂਡ ਹੈ ਖਾਸ ਗੱਲ ਹੈ ਵੀ ਇਹਦੇ ਥਣ ਬਹੁਤ ਸੋਹਣੇ ਆ ਜਦੋਂ ਤੁਰੂ ਹਵਾਨਾ ਤਾਂ ਉਦੋਂ ਦਿਸਣਾ ਪਰ ਜੇ ਤੁਸੀਂ ਹੁਣ ਇਹਦੇ ਥਣ ਦੇਖੋ ਤਾਂ ਤੁਸੀਂ ਦੇਖੋਗੇ ਬਹੁਤ ਸੋਹਣੇ ਥਣ ਦੋਸਤੋ ਇਹਦੇ ਇਸ ਟਾਈਮ ਹੈਗੇ ਆ ਮੈਂ ਥੋੜ੍ਹਾ ਜਿਹਾ ਜ਼ੂਮ ਕਰਕੇ ਤੁਹਾਨੂੰ ਥਣ ਦਿਖਾਉਣ ਦੀ ਕੋਸ਼ਿਸ਼ ਕਰਦਾ ਅਗਲਾ ਥਣ ਵੀ ਸੋਹਣਾ ਖੋਲ ਬਾਈ ਤੋਰ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਜਿਹਨੂੰ ਪਸੰਦ ਹੋਵੇ ਕਾਲ ਉਹਨੇ ਕਰਨੀ ਆ ਚੰਗੇ ਥਣ ਹਵਾਨੇ ਦੀ ਸੋਹਣੀ ਮੱਝ ਹੈ 1,10,000 ਡਿਮਾਂਡ ਹੈ ਮਾਨਤਨ ਹੋਊਗਾ ਇਹਦੇ ਵਿੱਚੋਂ ਕੁਛ ਰੇਟ ਘਟੂਗਾ ਸੋ ਜਿਹਨੂੰ ਪਸੰਦ ਹੋਵੇ ਤਾਂ ਤੁਸੀਂ ਕਾਲ ਕਰਿਓ ਤਾਜ਼ੀ ਸੂਈ ਵੀ ਚੰਗੀ ਬਾਡੀ ਬਣਤਰ ਦੀ ਦਰਮਿਆਨੇ ਕੱਦ 'ਚ ਹੈ ਥਣ ਹਵਾਨੇ ਦਾ ਕੋਈ ਮੁੱਲ ਨਹੀਂ ਬਹੁਤ ਸੋਹਣਾ ਥਣ ਹਵਾਨਾ ਲੱਗਾ ਇਹਦੇ ਅਤੇ ਇਹਦੇ ਨਾਲ ਬੱਚਾ ਦੋਸਤੋ ਘੱਟਾ ਲੈ ਚਲੋ ਉੱਧਰ ਨੂੰ ਤੁਸੀਂ ਦੇਖੋਗੇ ਇਹਦਾ ਹਵਾਨਾ ਵੈਸੇ ਤਾਂ ਜਦੋਂ ਖੜ੍ਹਦੀ ਉਦੋਂ ਵੀ ਕਲੀਅਰ ਦਿਸਦਾ ਸੀਗਾ ਪਰ ਹੁਣ ਵੀ ਤੁਸੀਂ ਦੇਖ ਰਹੇ ਹੋਵੋਗੇ ਚੰਗਾ ਹਵਾਨਾ ਦਿਖਾਉਂਦੀ ਹੈ ਥਣਾਂ 'ਚ ਜੇ ਵਿੱਚੀ ਦੇਖਦੇ ਹਾਂ ਤਾਂ ਉਹ ਵੀ ਸੋਹਣੀ ਥਣ ਦਾ ਸਾਈਜ਼ ਮੈਂ ਪਹਿਲਾਂ ਹੀ ਦੱਸਦਾ ਸੀਗਾ ਵੀ ਇਹਦਾ ਚੰਗਾ ਸੋ 16 ਲੀਟਰ ਦੁੱਧ ਬਾਈ ਦੱਸਦਾ ਵੀ ਦੂਜੇ ਸੂਏ 'ਚ ਇਹਦਾ ਚੋਲਿਆ ਸੀ 5-6 ਦਿਨਾਂ ਦੀ ਸੂਈ ਜੇ ਇਸ ਵਾਰ 10 ਕਿਲੋ 'ਤੇ ਆ ਤਾਂ ਇਸ ਵਾਰ ਵੀ ਦੁੱਧ ਚੰਗਾ ਪਿਆਊਗੀ ਬਾਕੀ ਜਿਹਨੂੰ ਪਸੰਦ ਹੋਵੇ ਖਰੀਦਣੀ ਉਹਨੇ ਚੰਗਾ ਹਵਾਨਾ ਦਿਖਾਉਂਦੀ ਹੈ ਅਤੇ ਸੋਹਣੇ ਥਣ ਇਸ ਮੱਝ ਦੇ ਹੈਗੇ ਆ ਦੇਖ ਸਕਦੇ ਹੋ ਤੁਸੀਂ ਸਾਈਡ ਤੋਂ ਫਿਰ ਜੇ ਤੁਹਾਨੂੰ ਇੱਧਰੋਂ ਵੀ ਥਣ 'ਤੇ ਹਵਾਨਾ ਦਿਖਾਵਾਂ ਤਾਂ ਤੁਸੀਂ ਦੇਖੋਗੇ ਸਾਈਜ਼ ਵੀ ਸੋਹਣਾ ਥਣ ਵੀ ਚੰਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ ਬਾਈ ਕੋਲ ਵਿਕਰੀ ਵਾਲਾ ਸੀ ਉਹ ਤੁਹਾਨੂੰ ਦਿਖਾਤਾ ਤਸੱਲੀ ਤੁਸੀਂ ਆਪ ਆ ਕੇ ਕਰ ਸਕਦੇ ਹੋ ਦੁੱਧ ਬੇਸ਼ੱਕ 2 ਟਾਈਮ ਚੋਲਿਓ ਜੇ ਤਾਜ਼ੀ ਸੂਈ ਵੀ ਮੱਝ ਹੈ ਸੌਦਾ ਵੀਰ ਨਾਲ ਫੋਨ 'ਤੇ ਕਰ ਲਿਓ ਧੰਨਵਾਦ ਵੀਡੀਓ ਦੇਖਣ ਲਈ